ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਤੇਗਵੀਰ ਹੈ ਅਤੇ ਮੈਂ ਚਿਤਕਾਰਾ ਯੂਨੀਵਰਸਿਟੀ ਤੋਂ ਆਪਣੀ ਕੰਪਿਊਟਰ ਸਾਇੰਸ 'ਚ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਆਫਟਰ ਮਾਈ ਗ੍ਰੈਜੂਏਸ਼ਨ ਆਈ ਪਲਾਨ ਦੈਟ ਆਈ ਵਿਲ ਗੋ ਟੂ ਕੈਨੇਡਾ ਫੋਰ ਹਾਇਰ ਸਟੱਡੀਜ਼, ਬਿਕੋਜ਼ ਮੇਰੀ ਫੈਮਿਲੀ ਦੇ ਫਰੈਂਡਸ ਉੱਥੇ ਨੇ ਹੈ ਅਤੇ ਮੇਰੇ ਪੇਰੈਂਟਸ ਦਾ ਵੀ ਇਹ ਸੀਗਾ ਕਿ ਬਈ ਇਹਨੂੰ ਕੈਨੇਡਾ ਭੇਜਣਾ ਵਾ। ਅਤੇ ਜੇ ਜਦ ਵੀ ਆਪਾਂ ਤਾਂ ਕੈਨੇਡਾ ਦਾ ਸੋਚਦੇ ਨਾ, ਸਾਡੇ ਦਿਮਾਗ 'ਚ ਪਹਿਲਾਂ ਆਉਂਦਾ ਸਭ ਤੋਂ ਪਹਿਲਾਂ ਆਪਾਂ ਆਈਲਸ ਕਲੀਅਰ ਕਰਨਾ ਹੈ ਨਾ, ਜਾਂ ਫਿਰ ਕੋਈ ਵੀ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਜਿਹੜਾ ਰਿਕੁਆਇਰਡ ਹੈਗਾ ਉਹ ਆਪਾਂ ਕਲੀਅਰ ਕਰਨਾ ਹੈ। ਆਈ ਫਾਊਂਡ ਆਊਟ ਦੈਟ ਦੇਅਰ ਯੂ ਨੋ ਡਿਫਰੈਂਟ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ, ਬਟ ਜਿਹੜਾ ਮੈਨੂੰ ਸਭ ਤੋਂ ਕਨਵੀਨੀਅੰਟ ਲੱਗਿਆ, ਜਿਹੜਾ ਸਭ ਤੋਂ ਪਾਪੂਲਰ ਵੀ ਲੱਗਿਆ, ਉਹ ਇਹ ਹੈ ਕਿ ਬਈ ਆਈਲਸ ਦੇਣਾ। ਅਤੇ ਜਿਹੜੀ ਆਈਲਸ ਦੀ ਬਹੁਤ ਬੇਸਿਕ ਪ੍ਰਿਪਰੇਸ਼ਨ ਹੈ, ਆਈ ਸਟਾਰਟਡ ਅਰਾਊਂਡ ਆਈ ਥਿੰਕ ਫਸਟ ਵੀਕ ਆਫ ਦਸੰਬਰ ਐਂਡ ਆਈ ਗੇਵ ਮਾਈ ਐਗਜ਼ਾਮ ਔਨ 10th ਦਸੰਬਰ ਐਂਡ ਇਹ ਮੇਰੇ 7.5 ਬੈਂਡਸ ਆਏ ਨੇ। ਮੈਂ ਬਹੁਤ ਖੁਸ਼ ਹਾਂ, ਮੇਰੀ ਫੈਮਿਲੀ ਬਹੁਤ ਖੁਸ਼ ਆ, ਅਤੇ ਹੁਣ ਛੇਤੀ ਮੈਂ ਮਤਲਬ ਕੈਨੇਡਾ ਲੰਘ ਜਾਣਾ ਵਾ ਅਤੇ ਮੈਨੂੰ ਔਫਰਸ ਵੀ ਆ ਚੁੱਕੇ, ਮੇਰਾ ਵੀਜ਼ਾ ਆਲਰੇਡੀ ਪ੍ਰੋਸੈਸ 'ਚ ਆ। ਅਤੇ ਆਈ ਥੈਂਕ ਕਿ ਮੈਂ ਮਤਲਬ ਆਈ ਥੈਂਕ ਮਾਈ ਸੈਲਫ ਕਿ ਮੈਂ ਆਪਣਾ ਆਈਲਸ ਚੂਜ਼ ਕੀਤਾ ਅਤੇ ਆਈ ਡਿਡਨਟ ਯੂ ਨੋ ਆਪਟ ਫੋਰ ਐਨੀ ਅਦਰ ਰੂਟ ਐਂਡ ਨਾਈਦਰ ਸ਼ੁੱਡ ਯੂ। ਜਿਹੜਾ ਮੇਨ ਰੂਟ ਹੋਣਾ ਚਾਹੀਦਾ ਉਹੀ ਆਪਾਂ ਨੂੰ ਚੂਜ਼ ਕਰਨਾ ਚਾਹੀਦਾ, ਆਪਾਂ ਨੂੰ ਇੱਧਰ ਦੇ ਆਲਟਰਨੇਟਿਵ ਨਹੀਂ ਲੱਭਣੇ ਚਾਹੀਦੇ। ਜੇ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਗੋ ਫੋਰ ਆਈਲਸ, ਬਿਕੋਜ਼ ਕੈਨੇਡਾ ਮਤਲਬ ਆਈਲਸ। ਸੀ ਯੂ ਇਨ ਕੈਨੇਡਾ ਵੈਰੀ ਸੂਨ।